ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਰੋਜ਼ ਗੁਰੂ ਕਾ ਜਾਪ ਕਰਦੇ ਹਾਂ, ਰੋਜ਼ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ, ਪਰ ਬਾਣੀਆਂ ਨੂੰ ਲੈ ਕੇ, ਦਸਮ ਪਾਤਸ਼ਾਹ ਦੇ ਦਸਮ ਗ੍ਰੰਥ ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਬਹੁਤ ਸਾਰੇ ਸ਼ੰਕੇ ਹੈ ਨੇ, ਬਹੁਤ ਸਾਰੇ ਅਜਿਹੇ ਹੈ ਨੇ ਲੋਕ ਜੋ ਦਸਮ ਗ੍ਰੰਥ ਦੇ ਉੱਤੇ ਕਿੰਤੂ ਕਰਦੇ ਨੇ। ਪਰ ਆਓ ਤੁਹਾਨੂੰ ਮਿਲਾਉਂਦੇ ਹਾਂ ਇੱਕ ਅਜਿਹੇ ਸਿੰਘ ਨਾਲ, ਇੱਕ ਅਜਿਹੇ ਬਾਬਾ ਜੀ ਨਾਲ ਜੋ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਮੇਰੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਕਾਰੀ ਦੇ ਰਹੇ ਨੇ, ਉਹਨਾਂ ਦੀਆਂ ਲਿਖਾਵਟਾਂ ਬਾਰੇ ਜਾਣਕਾਰੀ ਦੇ ਰਹੇ ਨੇ, ਬਾਣੀ ਬਾਰੇ ਜਾਣਕਾਰੀ ਦੇ ਰਹੇ ਨੇ। ਆਓ ਮਿਲ ਕੇ ਸਰਵਣ ਕਰਦੇ ਹਾਂ। ਰੋਜ਼ ਸੁਣਦੇ ਸੀ ਅਤੇ ਉੱਥੇ ਹੀ ਜਮੁਨਾ ਨਦੀ ਦੇ ਕਿਨਾਰੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਵੀ ਬਾਣੀ ਉਚਾਰਨ ਕਰਦੇ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਬਾਣੀ ਹੈ ਆਪਾਂ ਜੋ ਰੋਜ਼ ਪਾਠ ਕਰਦੇ ਹਾਂ ਉੱਥੇ ਹੀ ਉਚਾਰਨ ਕੀਤੀ ਹੈ ਉਹਨਾਂ ਨੇ ਪਾਉਂਟਾ ਸਾਹਿਬ ਵਿੱਚ। 3 ਸਾਲ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿੱਚ ਰਹੇ, ਉੱਥੇ ਫਿਰ ਰੋਜ਼ ਬਾਣੀ ਉਚਾਰਨ ਹੁੰਦੀ ਸੀ। ਜਿਹੜੇ ਲਿਖਾਰੀ ਕਵੀ ਸੀ ਉਹ ਨਾਲ ਲਿਖਦੇ ਰਹਿੰਦੇ ਸੀ ਇਸ ਨੂੰ। ਪਹਿਲੀ ਬਾਣੀ ਹੈ ਜਾਪ ਸਾਹਿਬ ਜੋ ਆਪਾਂ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹਾਂ। ਉਸ ਤੋਂ ਬਾਅਦ ਅਕਾਲ ਉਸਤਤ ਹੈ ਜਿਸਦੇ ਵਿੱਚੋਂ ਅਸੀਂ ਸਵਈਏ ਦਾ ਪਾਠ ਰੋਜ਼ ਕਰਦੇ ਹਾਂ। ਉਸ ਤੋਂ ਅੱਗੇ ਚੰਡੀ ਦੀ ਵਾਰ ਜੋ ਖਾਸ ਸਾਰੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਅਰਦਾਸ ਹੁੰਦੀ ਹੈ ਸਾਰੀ ਦੁਨੀਆ ਵਿੱਚ, ਉਹ ਅਰਦਾਸ ਇਹਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਗੁਰੂ ਗੋਬਿੰਦ ਸਿੰਘ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਜੋ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਇਹ ਸਾਰੀ ਦੁਨੀਆ ਵਿੱਚ ਅਰਦਾਸ ਇਹਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ। ਫਿਰ ਉਸ ਤੋਂ ਬਾਅਦ ਵਚਿੱਤਰ ਨਾਟਕ ਹੈ ਜਿਸਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮ ਕਥਾ ਖੁਦ ਆਪ ਉਚਾਰਨ ਕਰਕੇ ਲਿਖਵਾਈ। ਉਹਦੇ ਵਿੱਚ ਪਿਛਲੇ ਜਨਮ ਦਾ ਉਹਨਾਂ ਦਾ ਤਪ ਸਥਾਨ ਹੇਮਕੁੰਡ ਹੈ, ਉਹਦੀ ਜਾਣਕਾਰੀ ਇਸਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਈ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਉਚਾਰਨ ਕੀਤਾ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹੇ ਵਿਧ ਮੋਹੇ ਆਨੋ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਿਤ ਹੈ ਤਹਾਂ, ਸਪਤ ਸਿੰਘ ਤਹਿ ਨਾਮ ਕਹਾਵਾ, ਪੰਡ ਰਾਜ ਜੋ ਕਮਾਵਾ, ਤਹ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਇਹ ਵਿਧ ਕਰ ਤਪੱਸਿਆ ਭਇਓ, ਦੋ ਤੇ ਏਕ ਰੂਪ ਹੋਏਗੀ। ਇਹ ਉੱਥੇ ਉਚਾਰਨ ਕੀਤਾ। ਇਹਦੇ ਵਿੱਚ ਉਹਨਾਂ ਨੇ ਨਾਲ ਫਿਰ ਇਹ ਤਾਂ ਪਿਛਲੇ ਜਨਮ ਦਾ ਉਹਨਾਂ ਦਾ, ਔਰ ਦੂਸਰਾ ਇੱਧਰ ਉਹਨਾਂ ਦੇ ਮਾਤਾ ਪਿਤਾ ਮਾਤਾ ਗੁਜਰੀ ਜੀ ਔਰ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਦੇ ਵਿੱਚ ਭਗਤੀ ਕਰ ਰਹੇ ਸੀ। 26 ਸਾਲ ਉਹਨਾਂ ਨੇ ਭਗਤੀ ਕੀਤੀ। ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਹਿਗੁਰੂ ਨੇ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਭੇਜਿਆ। ਉਹ ਆਪ ਉਚਾਰਨ ਕੀਤਾ ਹੈ ਚਿੱਤਰ ਨਾਟਕ ਵਿੱਚ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀਏ ਲਖ ਕੀ ਸੇਵਾ, ਤਾਂ ਤੇ ਭੇ ਪ੍ਰਸੰਨ ਗੁਰਦੇਵਾ। ਜੋ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਵਾਹਿਗੁਰੂ ਨੇ ਮੈਨੂੰ ਹੁਕਮ ਕੀਤਾ ਉਹਨਾਂ ਦੇ ਘਰ ਜਨਮ ਲੈਣ ਵਾਸਤੇ। ਹਾਲਾਂ ਮੇਰੀ ਇੱਛਾ ਨਹੀਂ ਸੀ ਸੰਸਾਰ ਵਿੱਚ ਆਉਣ ਦੀ। ਚਿਤਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਰਤ ਪ੍ਰਭੂ ਚਰਨ ਮੈਂ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਨੂੰ ਅਕਾਲ ਪੁਰਖ ਨੇ ਇਸ ਤਰ੍ਹਾਂ ਕਹਿ ਕੇ ਸੰਸਾਰ ਵਿੱਚ ਭੇਜਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ, ਅਤੇ ਤੂੰ ਜਾ ਕੇ ਪੰਥ ਦੀ ਸਾਜਨਾ ਵੀ ਕਰਨੀ ਹੈ ਔਰ ਲੋਕਾਂ ਨੂੰ ਸਹੀ ਰਸਤਾ ਵੀ ਦਿਖਾਉਣਾ ਹੈ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਾਰ ਕਰਵੇ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਅਤੇ ਲੋਕ ਹਟਾਏ। ਇਹ ਸਾਰਾ ਇਸਦੇ ਵਿੱਚ ਚਿੱਤਰ ਨਾਟਕ ਦਿੰਦੇ। ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਤਿੰਨ ਪ੍ਰਭ ਜਬ ਆਇਸ ਮੋਹੇ ਦੀਆ, ਤਬ ਹਮ ਜਨਮ ਕਦੂ ਮਿਲੀ, ਮੈਨੂੰ ਹੁਕਮ ਕੀਤਾ ਤਾਂ ਫਿਰ ਮੈਂ ਜਨਮ ਲਿਆ। ਔਰ ਜਿਸ ਵੇਲੇ ਮੇਰਾ ਜਨਮ ਹੋਇਆ ਉਸ ਵੇਲੇ ਮੇਰੇ ਮਾਤਾ ਪਿਤਾ ਪੂਰਵ ਦੀ ਯਾਤਰਾ 'ਤੇ ਗਏ ਹੋਏ ਸੀ, ਪਟਨਾ ਸਾਹਿਬ ਵਿੱਚ ਸੀਗੇ। ਕਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵੇ, ਉੱਥੇ ਮੇਰਾ ਜਨਮ ਹੋਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵੀ ਉਹਨਾਂ ਦੇ ਜੀਵਨ ਵਿੱਚ ਘਟਨਾਵਾਂ ਹੋਈਆਂ
ਸਾਰੀਆਂ ਬਚਿੱਤਰ ਨਾਟਕ ਦੇ ਵਿੱਚ ਉਹਨਾਂ ਨੇ ਦਰਜ ਕੀਤੀ ਹੈ। ਉਹਨਾਂ ਦੀਆਂ ਲੜਾਈਆਂ ਹੋਈਆਂ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ, ਹੋਰ ਜੋ ਵੀ ਹੈ ਉਹਦੀ ਸਾਰੀ ਜਾਣਕਾਰੀ ਸਾਨੂੰ ਇਹਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਉਸ ਤੋਂ ਬਾਅਦ ਉਹਨਾਂ ਦੀਆਂ ਬਾਣੀਆਂ ਹੈ ਅਕਾਲ ਬਚਿੱਤਰ ਨਾਟਕ ਤੋਂ ਬਾਅਦ, ਗਿਆਨ ਪ੍ਰਬੋਧ, ਨਾਮ ਮਾਲਾ, ਸ਼ਸਤਰ ਮਾਲਾ, ਇਸਤਰੀ ਚਰਿੱਤਰ, 24 ਅਵਤਾਰ। 24 ਅਵਤਾਰਾਂ ਦੇ ਵਿੱਚ ਉਹਨਾਂ ਨੇ ਜੋ ਪਿਛਲੇ ਅਵਤਾਰ ਹੋਏ ਹੈ, ਰਾਮ ਅਵਤਾਰ, ਕ੍ਰਿਸ਼ਨ ਅਵਤਾਰ, ਬੁੱਧ ਅਵਤਾਰ, ਦੱਤਾਤ੍ਰੇਅ ਅਵਤਾਰ, ਇਸ ਤਰ੍ਹਾਂ ਜਿਹੜੇ ਅਵਤਾਰ ਹੋ ਚੁੱਕੇ ਉਹਨਾਂ ਦੀ ਜਾਣਕਾਰੀ ਹੈ। ਔਰ ਇੱਕ ਅਵਤਾਰ ਅੱਗੇ ਹੋਣ ਵਾਲਾ ਹੈ ਕਲਕੀ ਅਵਤਾਰ, ਜੋ ਸੰਭਲ ਦੇ ਵਿੱਚ ਹੋਏਗਾ। ਫਲ ਭਾਗ ਪਿਆ ਹਰ ਸੰਭਲ ਕੇ, ਹਰਜੂ ਹਰਿਮੰਦਰ ਆਵੇਂਗੇ, ਜੋ ਯੂਪੀ ਦੇ ਅੰਦਰ ਹੈ ਉਹ ਹੋਣੇ ਵਾਲਾ ਹੈ। ਉਹਦੀ ਜਾਣਕਾਰੀ ਇਹਦੇ ਵਿੱਚ ਪੂਰੀ ਹੈ। ਉਹਦੇ ਵਿੱਚ ਨਕਲੀ ਗੁਰੂਆਂ ਦੇ ਸਾਰੇ ਕਾਰਨਾਮੇ ਦਰਜ ਕੀਤੇ ਹੋਏ ਹੈ। ਕਲਕੀ ਅਵਤਾਰ ਦੇ ਅੰਦਰ ਜੋ ਨਕਲੀ ਗੁਰੂ ਕਰ ਰਹੇ, ਹੁਣ ਵੀ ਜੋ ਆਪਾਂ ਸੁਣ ਰਹੇ ਹਾਂ, ਉਹ ਸਾਰਾ ਇਸਦੇ ਵਿੱਚ ਪਹਿਲੇ ਤੋਂ ਹੀ ਦਰਜ ਹੈ। ਔਰ ਅੱਗੇ ਵੀ ਕੀ ਕਰਨ ਵਾਲੇ ਆ, ਉਹਨਾਂ ਦਾ ਪਾਪਾਂ ਦਾ ਘੜਾ ਭਰਨ ਵਾਲੇ ਹੈ। ਫਿਰ ਉਸ ਤੋਂ ਬਾਅਦ ਜੋ ਕਲਕੀ ਅਵਤਾਰ ਆ ਕੇ ਪਾਪੀਆਂ ਨੂੰ ਸੋਧ ਕੇ ਫਿਰ ਸਤਯੁਗ ਸ਼ੁਰੂ ਹੋ ਜਾਏਗਾ। ਸਤਯੁਗ ਆਇਓ ਮਨ ਸੁਖ ਪਾਇਓ, ਅਤੇ ਇਸ ਦੇ ਵਿੱਚ ਦਰਜ ਹੈ ਸਾਰਾ ਕਲਕੀ ਅਵਤਾਰ ਦੇ ਵਿੱਚ। ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਫਿਰ ਅਨੰਦਪੁਰ ਸਾਹਿਬ ਆਏ, ਚਮਕੌਰ ਸਾਹਿਬ, ਲੱਖੀ ਜੰਗਲ, ਮਾਛੀਵਾੜਾ, ਮੁਕਤਸਰ ਹੋ ਕੇ ਫਿਰ ਆਏ ਦੀਨਾ ਕਾਂਗੜ। ਉੱਥੇ ਫਿਰ ਉਹਨਾਂ ਨੇ ਜ਼ਫਰਨਾਮਾ ਆਪ ਆਪਣੇ ਹੱਥਾਂ ਦੇ ਨਾਲ ਲਿਖਿਆ। ਇਹ ਸਾਰਾ ਗ੍ਰੰਥ ਉਹਨਾਂ ਦੇ ਲਿਖਾਰੀਆਂ ਨੇ ਲਿਖਿਆ, ਲੇਕਿਨ ਜ਼ਫਰਨਾਮਾ ਉਹਨਾਂ ਨੇ ਆਪ ਫਾਰਸੀ ਦੇ ਵਿੱਚ ਆਪ ਲਿਖਿਆ। ਛਿਆਲੀਸ ਪੇਜ ਦਾ ਜ਼ਫਰਨਾਮਾ ਹੈ, ਇਹ ਉਹਨਾਂ ਦੇ ਹੱਥ ਦਾ ਲਿਖਿਆ। ਇਹਦੀਆਂ ਦੋ ਕਾਪੀਆਂ ਤਿਆਰ ਕਰਵਾਈਆਂ ਸੀ ਉਹਨਾਂ ਨੇ, ਇੱਕ ਔਰੰਗਜ਼ੇਬ ਨੂੰ ਭੇਜ ਦਿੱਤੀ ਔਰ ਇੱਕ ਦੇ ਇਸ ਗ੍ਰੰਥ ਦੇ ਵਿੱਚ ਉਸੇ ਤਰ੍ਹਾਂ ਹੀ ਦਰਜ ਕੀਤੀ ਗਈ ਹੈ। ਕਿਉਂਕਿ ਔਰੰਗਜ਼ੇਬ ਨੂੰ ਇਹਦੇ ਵਿੱਚ ਸਮਝਾਇਆ ਇਸਲਾਮ ਧਰਮ ਦੇ ਵਿੱਚ ਕੀ ਹੁੰਦਾ ਅਤੇ ਤੁਸੀਂ ਕੀ ਕਰ ਰਹੇ ਹੋ, ਔਰ ਫਿਰ ਨਾਲ ਬੱਚਿਆਂ ਨੂੰ ਤੁਹਾਡੇ ਲੋਕਾਂ ਨੇ ਸ਼ਹੀਦ ਕੀਤਾ। ਇੱਕ ਖਾਸ ਗੱਲ ਹੈ, ਲੋਕਾਂ ਨੂੰ ਹਲੇ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜੋ ਸ਼ਹੀਦ ਕੀਤਾ ਗਿਆ ਉਸਦੀ ਜਾਣਕਾਰੀ ਔਰੰਗਜ਼ੇਬ ਨੂੰ ਨਹੀਂ ਸੀ, ਕਿਉਂਕਿ ਵਜ਼ੀਰ ਖਾਨ ਨੇ ਉੱਧਰ ਦਾ ਉੱਧਰ ਕਰਕੇ, ਔਰੰਗਜ਼ੇਬ ਦੂਰ ਸੀ ਇਸ ਕਰਕੇ ਪਤਾ ਨਹੀਂ ਲੱਗਿਆ। ਇਹਦੇ ਵਿੱਚ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਸਾਡੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਜੋ ਬੱਚਿਆਂ ਨੂੰ ਸ਼ਹੀਦ ਕੀਤਾ। ਬਹੁਤ ਪਛਤਾਇਆ ਔਰੰਗਜ਼ੇਬ ਇਸ ਨੂੰ ਪੜ੍ਹ ਕੇ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਵਿੱਚ। ਫਿਰ ਉਸ ਤੋਂ ਬਾਅਦ ਉਹ ਪਛਤਾਤਾਪ ਦੇ ਵਿੱਚ ਦੁਨੀਆਂ ਤੋਂ ਚਲਾ ਗਿਆ। ਉਸ ਤੋਂ ਬਾਅਦ ਫਿਰ ਭਾਈ ਦਇਆ ਸਿੰਘ, ਧਰਮ ਸਿੰਘ ਜੀ ਵਾਪਸ ਗਏ। ਉਹਨਾਂ ਦੇ ਜਾਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਜਿਹੜੇ ਆਪ ਉਹਨਾਂ ਲਿਖਵਾਏ ਭਾਈ ਮਨੀ ਸਿੰਘ ਕੋਲੋਂ, ਉਹ ਸਰੂਪ ਨਾਲ ਲੈ ਕੇ ਸੰਗਤਾਂ ਨੂੰ ਨਾਲ ਲੈ ਕੇ ਫਿਰ ਹਜ਼ੂਰ ਸਾਹਿਬ ਵਿੱਚ ਆ ਕੇ ਉਹਨਾਂ ਨੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਔਰ ਸਾਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ। ਉਹਦਾ ਕਾਰਨ ਵੀ ਸੀ ਕਿ ਉਹਨਾਂ ਨੂੰ ਪਤਾ ਸੀ ਅੱਗੇ ਦੇਹਧਾਰੀ ਗੁਰੂ ਜੋ ਹੈ ਇਸ ਚੀਜ਼ ਨੂੰ ਸੰਭਾਲ ਨਹੀਂ ਸਕਣਗੇ, ਇਸ ਕਰਕੇ ਉਹ ਜੋਤ ਜੋ ਗੁਰੂ ਨਾਨਕ ਵੱਲੋਂ ਆਈ ਹੋਈ ਸੀ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਸਥਾਪਨ ਕਰ ਦਿੱਤੀ। ਔਰ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਇੱਕ ਐਸੀ ਘਟਨਾ ਹੋਈ ਸੀ ਕਿ ਜਿਸ ਵੇਲੇ ਗੁਰੂ ਹਰਕ੍ਰਿਸ਼ਨ ਜੀ 8ਵੇਂ ਪਾਤਸ਼ਾਹ ਜੋਤੀ ਜੋਤ ਸਮਾ ਰਹੇ ਸੀ ਤਾਂ ਉਹਨਾਂ ਤੋਂ ਸੰਗਤਾਂ ਨੇ ਪੁੱਛਿਆ ਵੀ ਅਸੀਂ ਹੁਣ ਕਿੱਥੇ ਜਾਈਏ, ਤਾਂ ਹੁਕਮ ਹੋਇਆ ਬਾਬਾ ਬਕਾਲੇ। ਬਾਬਾ ਬਕਾਲੇ ਜਿਸ ਵੇਲੇ ਸੰਗਤਾਂ ਆਈਆਂ ਤਾਂ ਉੱਥੇ ਨਕਲੀ ਗੁਰੂਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ, 22 ਗੁਰੂ ਬਣ ਕੇ ਬੈਠੇ ਹੋਏ ਸੀ। ਫਿਰ ਮੱਖਣ ਸਿੰਘ ਭਗਵਾਨੇ ਨੇ ਜਦੋਂ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਫਿਰ ਉਹ ਸਾਰੇ ਨਕਲੀ ਗੁਰੂ ਦੌੜ ਗਏ। ਉਸ ਤੋਂ ਬਾਅਦ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ, ਆਪ ਗੁਰੂ ਗ੍ਰੰਥ ਸਾਹਿਬ ਜੀ ਦਾ। ਗੁਰੂ ਪਿਆਰੇ, ਉਹ ਗੱਲ ਚਾਹੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ ਜਾਂ ਦਸਮ ਗ੍ਰੰਥ ਦੀ ਹੋਵੇ, ਜੇਕਰ ਕੋਈ ਵੀ ਉਸਦੇ ਉੱਤੇ ਕਿੰਤੂ ਕਰਦਾ ਹੈ ਤਾਂ ਸਾਡੇ ਕੋਲ ਠੋਸ ਵਜ੍ਹਾ ਹੋਣੀ ਚਾਹੀਦੀ ਹੈ ਉਸ 'ਤੇ ਕਿੰਤੂ ਕਰਨ ਦੀ। ਪਰ ਜੇ ਅਸੀਂ 5 ਬਾਣੀਆਂ ਦਾ ਪਾਠ ਕਰਦੇ ਹਾਂ, ਜਾਪ ਕਰਦੇ ਹਾਂ, ਉਹਨਾਂ ਵਿੱਚੋਂ 3 ਬਾਣੀਆਂ ਦਸਮ ਦੀਆਂ ਨੇ, ਤਾਂ ਤੁਸੀਂ ਆਪ ਸੋਚ ਸਕਦੇ ਹੋ ਕੀ ਸਹੀ ਹੈ ਅਤੇ
ਕੀ ਗਲਤ ਅਤੇ ਜਿਹੜੇ ਕਿੰਤੂ ਕਰਦੇ ਹੈ ਨੇ ਕੀ ਉਹਨਾਂ ਦੇ ਕੋਲ ਠੋਸ ਵਜ੍ਹਾ ਹੈ ਉਸਦੀ ਕੀ ਉਹ ਦੱਸ ਸਕਦੇ ਨੇ ਕਿ ਆਖਿਰ ਮਿਲਾਵਟ ਕਿੱਥੇ ਕੀਤੀ ਗਈ ਅਤੇ ਕਿੱਥੇ ਸੋਧ ਕਰਨ ਦੀ ਲੋੜ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਵੱਧ ਤੋਂ ਵੱਧ ਸਿੱਖ ਸੰਗਤ ਤੱਕ ਇਹ ਸੱਚਾਈ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।